राम दा राम। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ। ਲਓ ਜੀ ਅੱਜ ਦੀ ਇੱਕ ਨਵੀਂ ਵੀਡੀਓ ਲੈ ਕੇ ਆਇਆ ਜੀ, ਫੋਰਡ 3600 ਜੋ ਕਿ 93 ਮਾਡਲ ਟਰੈਕਟਰ ਹੈ ਜੀ ਫੋਰਡ ਜੀ। ਆਪਾਂ ਇਹਦੇ 'ਤੇ ਮਟੈਲਿਕ ਪੇਂਟ ਕੀਤਾ, ਕਲਰ ਕੀਤਾ ਸਾਰੇ ਟਰੈਕਟਰ ਦੇ ਟਾਇਰ ਨੇ ਜੀ, ਮਗਰਾਟ ਚੇਂਜ ਕੀਤੇ ਨੇ ਫਰੰਟ ਬੰਪਰ ਤੋਂ ਲੈ ਕੇ ਛੱਤਰੀ ਤੱਕ। ਸਭ ਤੋਂ ਪਹਿਲਾਂ ਗੱਲ ਕਰੀਏ ਫਰੰਟ ਬੰਪਰ ਦੀ, ਬਹੁਤ ਹੀ ਸੋਹਣੀ ਲੁੱਕ 'ਚ ਤਿਆਰ ਹੋਇਆ ਜੀ। ਫਰੰਟ 'ਤੇ ਰੂਟਸ ਦੇ ਹੋਰਨ, LED ਲਾਈਟ, ਫਰੰਟ ਜਾਲੀ ਹੋ ਗਈ, LED ਲਾਈਟਾਂ, ਫਾਰਮ ਟਰੈਕ 60, ਏਅਰ ਕਲੈਂਡਰ ਹੋ ਗਿਆ ਜੀ, ਇਹ ਜੋ ਕਿ ਆਪਣੇ ਹੋਲੈਂਡ 'ਚ ਆਉਂਦਾ। ਮਟੈਲਿਕ ਪੇਂਟ ਵੇਖ ਸਕਦੇ ਹੋ ਤੁਸੀਂ। ਸਲੰਸਰ ਹੋ ਗਿਆ ਜੀ, ਬਹੁਤ ਹੀ ਸੋਹਣਾ ਟਰੈਕਟਰ ਤਿਆਰ ਹੋਇਆ ਜੀ, ਬਾਕੀ ਵੇਖ ਸਕਦੇ ਹੋ ਤੁਸੀਂ। ਇਹ ਆਪਣਾ ਟੂਲ ਬੋਕਸ ਹੋ ਗਿਆ ਅਤੇ ਪਾਏਦਾਨ ਹੋ ਗਏ ਫਾਰਮ ਟਰੈਕ 60 ਵਾਲੇ ਉੱਚੇ ਮਾਡਲ ਦੇ। ਬਾਕੀ ਆਪਣਾ ਹੋਲੈਂਡ ਵਾਲੀ ਡੰਡੀ, ਲਓ ਜੀ ਸੀਟ ਹੋ ਗਈ ਜੀ ਫਾਰਮ ਟਰੈਕ 60 ਦੀ ਕੰਪਨੀ ਦੀ, ਡੱਬਾ ਬੰਡ, ਤਕਰੀਬਨ ਸਾਰੀ ਅਸੈਸਰੀ ਓਰੀਜਨਲ ਹੈ ਜੀ ਜੋ ਆਪਣੀ ਕੰਪਨੀ ਦਿੰਦੀ ਸੀਟ ਫਾਰਮ ਟਰੈਕ ਨੂੰ। ਅਤੇ ਸਟੇਅਰਿੰਗ ਵੀਲ ਹੋ ਗਿਆ ਜੀ, ਬਾਕੀ ਇਲੈਕਟ੍ਰੋਨਿਕ ਮੀਟਰ ਵੇਖ ਸਕਦੇ ਹੋ ਤੁਸੀਂ, ਅਤੇ ਬਹੁਤ ਹੀ ਸੋਹਣੀ ਲੁੱਕ 'ਚ ਤਿਆਰ ਹੋਇਆ ਜੀ ਫੋਰਡ 3600। ਸ਼ੀਸ਼ਾ ਹੋ ਗਿਆ ਜੀ ਇਹਦਾ, ਇਹ ਆਪਣੀ ਹੈਂਡ ਬ੍ਰੇਕ ਹੋ ਗਈ ਜੋ ਆਪਾਂ 3630 ਦੀ ਲਾਈਏ, ਅਤੇ ਆਹ ਡਿਸਟੀਬਿਊਟਰ ਹੋ ਗਿਆ ਡਬਲ ਐਕਸ਼ਨ ਡਿਸਟੀਬਿਊਟਰ ਦੀ ਲਾਈਏ, ਅਤੇ ਆਪਣੀ ਨੋਬਾ, ਤਕਰੀਬਨ ਸਾਰੀ ਅਸੈਸਰੀ ਹੈ ਇਹਦੀ ਫਾਰਮ ਟਰੈਕ ਦੀ, ਅਤੇ LED ਲਾਈਟਾਂ ਜੀ, ਅਤੇ ਮਗਰਾਟ ਹੋ ਗਏ ਕਲਾਸਿਕ ਵਾਲੇ, ਅਤੇ ਰੇਡੀਅਲ ਟਾਇਰ ਨੇ ਜੀ ਇਹਦੇ 1400-28 ਦੇ ਬੈਕ ਟਾਇਰ, ਰਿਮ ਆਪਾਂ ਉਹ ਹੀ 36 ਜੋ ਫੋਰਡ ਆਉਂਦਾ ਫੋਰਡ 'ਚ ਆਉਂਦਾ ਸਿੰਪਲ ਰਿਮ, ਕਈਆਂ 'ਚ ਟਿੱਕੀ ਚੇਂਜ ਕਰਦੇ ਨੇ ਆਪਾਂ ਉਹੀ ਰੱਖਿਆ। ਬੈਕ ਦੀ ਗੱਲ ਕਰੀਏ ਜਿਵੇਂ ਟੂਪਾਂ ਹੋ ਗਈਆਂ ਜੀ ਫਾਰਮ ਟਰੈਕ ਦੀ, 60 ਦੀਆਂ ਟੂਪਾਂ ਨੇ ਜੀ ਸਿੰਪਲ ਲੈਦਰ ਵਾਲੀਆਂ, ਅਤੇ ਆ ਡਿਸਟੀਬਿਊਟਰ ਦੀਆਂ ਨੋਬਾ ਹੋ ਗਈਆਂ ਬੈਕ ਸਾਈਡ, ਜਿਵੇਂ ਆਪਾਂ ਟਰੈਲੀ ਵਗੈਰਾ ਚੁੱਕਣੀ ਹੈ, ਰਿਫਲੈਕਟਰ ਵਗੈਰਾ, ਅਤੇ ਆਪਣਾ ਮਿਊਜ਼ਿਕ ਸਿਸਟਮ ਦਾ ਜਿਹੜਾ ਡੈੱਕ ਹੈ, ਅਤੇ ਹੁੱਕ ਹੋ ਗਈ ਜੀ ਬੈਕ ਟਰੈਲੀ ਵਾਲੀ, ਫੱਟੀ ਲਿੰਕਾਂ, ਆ ਕੋਂਟੈਕਟ ਨੰਬਰ ਹੈ ਜੀ, ਕਿਸੇ ਵੀਰ ਨੇ ਸੰਪਰਕ ਕਰਨਾ ਆਪਣਾ ਸੰਪਰਕ ਕਰ ਸਕਦਾ। ਅਤੇ ਆ ਬੈਕ ਲਾਈਟ ਹੋ ਗਈ, ਅਤੇ ਮਿਊਜ਼ਿਕ ਸਿਸਟਮ ਵੇਖ ਸਕਦੇ ਹੋ, ਕਿਸੇ ਵੀਰ ਭਰਾ ਨੇ ਲਵਾਉਣਾ ਹੋਏ ਤਾਂ ਆਪਣਾ ਉਹਨਾਂ ਦਾ ਕੋਂਟੈਕਟ ਨੰਬਰ ਹੈ। 36 ਸਾਰੀ ਆਪਾਂ ਵਾਈਟ ਕੀਤੀ ਬੀਮ ਤੋਂ ਲੈ ਕੇ, ਜੋ ਹੋਲੈਂਡ ਦੀ ਸ਼ੇਪ 'ਚ ਸਿੰਪਲ 36 ਆਉਂਦੀ ਹੈ, ਵੇਖ ਸਕਦੇ ਬੈਕ ਸਾਈਡ ਦੀ ਅੱਖ ਜਿਹੜੀ ਛੋਟੀ ਲੈਟ ਹੈ, ਅਤੇ ਬੈਕ ਟਾਇਰ ਫਰੰਟ ਦੇ ਚੌੜੇ ਟਾਇਰ ਹੋਕੀ ਗੁੱਡੀ 'ਚ, ਅਤੇ ਆਪਣਾ ਬੈਟਰੀ ਬੋਕਸ ਹੋ ਗਿਆ ਵਾਈਟ, ਵਾਟਰ ਸਪਰੇਟਰ ਪੈਪਾਂ, ਹੋਰ ਵੀ ਨਿੱਕੀ ਮੋਟੀ ਜੋ ਵੀ ਅਸੈਸਰੀ ਹੈ, ਰੇਸ ਵਗੈਰਾ ਇਕੱਲੀ ਇਕੱਲੀ ਅਸੈਸਰੀ ਵੇਖ ਸਕਦੇ ਹੋ ਤੁਸੀਂ, ਜੋ ਵੀ ਫਾਰਮ ਟਰੈਕ ਦੇ ਸਾਰੇ ਮੁੱਠੇ। ਅਤੇ ਅੰਦਰੂਨੀ ਆ ਜੀ ਪਾਵਰ ਸਟੇਅਰਿੰਗ ਵਾਲੀ ਟੈਂਕੀ, ਨਿੱਕੇ ਤੋਂ ਨਿੱਕੇ ਕਲੰਪ ਤੋਂ ਲੈ ਕੇ ਹੋਸ ਪੈਪ ਵਗੈਰਾ ਸਾਰੇ ਓਰੀਜਨਲ ਨੇ ਜੀ ਫਾਰਮ ਟਰੈਕ 60 ਦੇ। ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਆ ਜੇ,
ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਵੀ ਕਿਵੇਂ ਦਾ ਟਰੈਕਟਰ ਲੱਗਿਆ ਤੁਹਾਨੂੰ। ਬਹੁਤ ਹੀ ਸੋਹਣਾ ਟਰੈਕਟਰ ਤਿਆਰ ਹੋਇਆ ਜੀ, ਬਾਕੀ ਕਮੈਂਟਾਂ 'ਚ ਦੱਸ ਦਿਆ ਜੀ ਤੁਸੀਂ। ਲਓ ਤੁਹਾਨੂੰ ਸਟਾਰਟਿੰਗ ਦੀ ਆਵਾਜ਼ ਵਿਖਾਉਂਦੇ ਹਾਂ ਜੀ। जो म्यूजिक सिस्टम है अपना अंदर अंदर लगा सारा, छतरी सारी वाइट होगी। ठीक है जी, सारे वीर भरावों सत श्री अकाल जी।